Viewers, welcome back to News TV 84. Break to baad bhi assi patiale to sada Hanwant Singh ji na apne swana silsila isi tarah jari rakhte hain. Ji Veer ji, Veer ji break to pehla assi gal baat kar rahe si kis tarah like you know tusi keh rahe ki sachai di jadon gal hundi hai te media nu koi problem nahi hundi, tuhanu vi koi problems nahi, rukavatan nahi aaiyan. But jis tarah like as a media personality sada saaryan da farz banda hai ki sachai nu samne leke aaiye. But jadon assi vakh vakh shakhsiyatan naal assi gal baat karde ha ja interview lainde ho, main vi interview lainde ho, tusi vi interview lainde ho, ki unhan da koi prabhav painda hai ki oh sarkar to dar ke kaafi muddiyan ਉਪਰ ਸਪੈਸ਼ਲ ਸਿੱਖ ਮੁੱਦਿਆਂ ਦੇ ਉੱਪਰ ਖੁੱਲ ਕੇ ਗੱਲਬਾਤ ਕਰ ਪਾਉਂਦੇ ਨੇ ਕਿ ਨਹੀਂ ਗੱਲਬਾਤ ਕਰ ਪਾਉਂਦੇ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਰਿਸਪੋਰਟ ਜੀ ਜਦੋਂ ਅਕਸਰ ਅਸੀਂ ਇਹੋ ਜਿਹੀਆਂ ਪਰਸਨੈਲਿਟੀਆਂ ਨੂੰ ਲੈ ਕੇ ਆਉਂਦੇ ਆ ਤੇ ਉਹ ਗੱਲ ਕਰ ਵੀ ਜਾਂਦੇ ਨੇ ਜੀ ਤਾਂ ਫਿਰ ਵੀ ਗੱਲ ਕਰਨ ਦੇ ਵਿੱਚ ਕਿਤੇ ਨਾ ਕਿਤੇ ਸੰਕੋਚ ਮਹਿਸੂਸ ਕਰਦੇ ਨੇ ਤੇ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਮੈਂ ਨਾਮ ਇੱਥੇ ਨਹੀਂ ਲੈਣਾ ਚਾਹਾਂਗਾ ਸਿੱਖ ਕੌਮ ਦੀਆਂ ਮਾਨਮਤੀ ਇਹੋ ਜਿਹੀਆਂ ਸ਼ਖਸੀਅਤਾਂ ਵੀ ਮੇਰੇ ਸ਼ੋਅ ਵਿੱਚ ਆਈਆਂ ਨੇ ਤੇ ਉਹ ਕਹਿੰਦੀਆਂ ਸਨ ਹਰਵੰਤ ਸਿੰਘ ਸਾਨੂੰ ਆਹ ਸਵਾਲ ਪੁੱਛਿਓ ਤੇ ਆਹ ਸਵਾਲ ਨਾ ਪੁੱਛੋ ਤੇ ਮੈਨੂੰ ਵੀ ਬੜੇ ਫਕਰ ਨਾਲ ਕਹਿਣਾ ਪੈਂਦਾ ਸੀਗਾ ਭਾਈ ਸਾਹਿਬ ਜੀ ਜੇਕਰ ਤੁਹਾਨੂੰ ਇਤਰਾਜ਼ ਨਾ ਹੋਵੇ ਇਸ ਸ਼ੋਅ ਦੇ ਵਿੱਚ ਸਵਾਲ ਮੇਰੇ ਹੋਣਗੇ ਤੇ ਜਵਾਬ ਤੁਹਾਡੇ ਹੋਣਗੇ ਤੇ ਉੱਥੇ ਕਈ ਵਾਰ ਜਦੋਂ ਜਵਾਬ ਦੇ ਵੀ ਦਿੱਤੇ ਜਾਂਦੇ ਸਨ ਤੇ ਉਹਨਾਂ ਨੂੰ ਜਦੋਂ ਕਾਲਸ ਆਉਂਦੀਆਂ ਸੀ ਤੇ ਉਹ ਅਕਸਰ ਕਹਿੰਦੇ ਸਨ ਸਾਡੇ ਤਾਂ ਮੂੰਹ ਵਿੱਚੋਂ ਐਂਕਰ ਨੇ ਕਢਾ ਲਿਆ ਜੀ ਇਸ ਵਿੱਚ ਅਸੀਂ ਨਹੀਂ ਸੀ ਕੁਝ ਕਹਿਣਾ ਚਾਹੁੰਦੇ ਇੱਥੇ ਮਾੜਾ ਜਿਹਾ ਦੁੱਖ ਹੁੰਦਾ ਜਦੋਂ ਸੱਚ ਬੋਲਣ ਵੇਲੇ ਗੈਸਟ ਨੂੰ ਆਏ ਮਹਿਮਾਨ ਨੂੰ ਵੀ ਦੇਖਣਾ ਪੈਂਦਾ ਕਿ ਮੈਂ ਕੀ ਬੋਲ ਰਿਹਾ ਕੱਲ੍ਹ ਸਟੂਡੀਓ ਤੋਂ ਬਾਹਰ ਜਾ ਕੇ ਮੇਰੇ ਤੇ ਕੋਈ ਗੱਲਬਾਤ ਨਾ ਕਿੰਤੂ ਪ੍ਰੰਤ ਨਾ ਜਾਵੇ ਕਹਿੰਦੀਆਂ ਕੁਹਾਂਦੀਆਂ ਸਿੱਖ ਪੰਥ ਦੀਆਂ ਮਾਨਮਤੀਆਂ ਸ਼ਖਸੀਅਤਾਂ ਬਾਰੇ ਵੀ ਮੈਂ ਇਹ ਕਹਿ ਸਕਦਾ ਕਿ ਉਹ ਜੇਕਰ ਸੱਚ ਦੇ ਰਾਹ ਤੇ ਚੱਲੀਆਂ ਨੇ ਉਹਨਾਂ ਦੇ ਕੋਲ ਪਦ ਵੀ ਹੈ ਉਹਨਾਂ ਦੇ ਕੋਲ ਸਰੂਪ ਹੈ ਤੇ ਉਹਨੂੰ ਉਹ ਸਭ ਤੋਂ ਪਹਿਲਾਂ ਗੁਰੂ ਤੋਂ ਡਰਨ ਫਿਰ ਸੰਗਤ ਤੋਂ ਡਰਨ ਫਿਰ ਬਾਅਦ ਵਿੱਚ ਆਪਣੀ ਪਦਵੀ ਦਾ ਖਿਆਲ ਰੱਖਣ ਕਿਉਂਕਿ ਸੱਚ ਇੱਕ ਇਹੋ ਜਿਹੀ ਤਾਕਤ ਹੈ ਜਿਹੜੀ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਏਗੀ ਜੀ ਬਿਲਕੁਲ ਬਿਲਕੁਲ ਤੇ ਵੀਰ ਜੀ ਮੈਂ ਤੁਹਾਨੂੰ ਇਹ ਵੀ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਟਾਈਮ ਟੂ ਟਾਈਮ ਜਿਸ ਤਰ੍ਹਾਂ ਸਿੱਖੀ ਪ੍ਰਚਾਰ ਦੇ ਲਈ ਸਾਨੂੰ ਭਾਰਤ ਦੀ ਮੀਡੀਆ ਦੀ ਜ਼ਰੂਰਤ ਪੈਂਦੀ ਹੈ ਪਰ ਕਈ ਵਾਰ ਭਾਰਤ ਦਾ ਮੀਡੀਆ ਸਾਥ ਦਿੰਦਾ ਹੈ ਕਈ ਵਾਰ ਸੱਚਾਈ ਨੂੰ ਲੁਕੋ ਲੈਂਦਾ ਹੈ ਜਾਂ ਫਿਰ ਸੱਚਾਈ ਨੂੰ ਕਿਸੇ ਤਰ੍ਹਾਂ ਡਿਫਰੈਂਟ ਤਰੀਕੇ ਦੇ ਨਾਲ ਸਾਹਮਣੇ ਲੈ ਕੇ ਆਉਂਦਾ ਹੈ ਬੀਇੰਗ ਯੂ ਬੀਇੰਗ ਅ ਮੀਡੀਆ ਪਰਸਨੈਲਿਟੀ ਐਂਡ ਆਈ ਬੀਇੰਗ ਅ ਮੀਡੀਆ ਪਰਸਨੈਲਿਟੀ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਜਿਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਰਦਾਰ ਵੀਰ ਭੈਣ ਨੇ ਜਾਂ ਫਿਰ ਬਾਹਰ ਦੇ ਦੇਸ਼ਾਂ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਸਿੱਖ ਜਿਹੜੇ ਸਿੱਖਾਂ ਦੇ ਉੱਪਰ ਪ੍ਰੋਬਲਮਸ ਆ ਰਹੀਆਂ ਜਿਹੜੇ ਮਸਲੇ ਆ ਰਹੇ ਨੇ ਸਾਹਮਣੇ ਆ ਨੇ ਉਸ ਬਾਰੇ ਕਿਸ ਤਰ੍ਹਾਂ ਜਾਗਰੂਕ ਕਰਵਾ ਸਕਦੇ ਹਾਂ ਵਿਦਾਰ ਐਨੀ ਪ੍ਰੋਬਲਮ ਰਿਸਕੋ ਜੀ ਸਭ ਤੋਂ ਪਹਿਲੇ ਤੁਸੀਂ ਇੱਥੇ ਮੀਡੀਆ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਭਾਰਤੀ ਮੀਡੀਆ ਵੱਲ ਵੇਖਦੇ ਹਾਂ ਤੇ ਇਹ ਭਾਰਤੀ ਮੀਡੀਆ ਦੇ ਕਹ ਲਓ ਵੀ ਇੱਕ ਪੱਖੀ ਜਿਹੜਾ ਫੈਸਲਾ ਨਿਭਾਇਆ ਜਾਂਦਾ ਆ ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਦੀ ਧਰਤੀ ਤੇ ਕਿੰਨੀ ਵੱਡੀ ਆਫਤ ਆਈ ਸੀਗੀ ਤੇ ਉਸ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ਸਭ ਤੋਂ ਪਹਿਲਾਂ ਸਿੱਖਾਂ ਦੀ ਜਿਹੜੀ ਸ਼੍ਰੋਮਣੀ ਜਥੇਬੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬੂਹੇ ਖੋਲ ਦਿੱਤੇ ਸੀਗੇ ਆਪਣੇ ਘਰ ਦੇ ਵਿੱਚੋਂ ਸਿੱਖ ਸੰਗਤਾਂ ਦੇ ਦਸਵੰਧ ਨਾਲ ਇਕੱਠੀ ਕੀਤੀ ਗਈ ਮਾਇਆ ਦਾ ਰਾਸ਼ਨ ਪਾ ਕੇ ਟਰੱਕਾਂ ਦੇ ਟਰੱਕ ਜੰਮੂ ਕਸ਼ਮੀਰ ਵਿੱਚ ਭੇਜੇ ਗਏ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਸਾਡੀਆਂ ਸਿੱਖ ਸੰਗਤਾਂ ਨੇ ਰੱਜ ਕੇ ਸਹਿਯੋਗ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਸਾਡੀਆਂ ਜਿਹੜੀਆਂ ਹੋਰ ਵੀ ਪ੍ਰਬੰਧਕ ਕਮੇਟੀਆਂ ਨੇ ਗੁਰੂ ਘਰ ਨੇ ਉਹਨਾਂ ਨੇ ਰੱਜ ਕੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਮਦਦ ਕੀਤੀ ਪਰ ਅਫਸੋਸ ਭਾਰਤੀ ਮੀਡੀਏ ਨੇ ਇਸ ਕਵਰੇਜ ਨੂੰ ਆਪਣੀ ਵੱਡੀ ਜ਼ਿੰਮੇਵਾਰੀ ਸਮਝਦੇ ਹੋਏ ਰੱਜ ਕੇ ਇਸ ਕਵਰੇਜ ਨੂੰ ਪੂਰਾ ਨਹੀਂ ਕੀਤਾ ਤਾਂ ਜੋ ਲੋਕਾਂ ਦੇ ਸਾਹਮਣੇ ਪਤਾ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਕੇਵਲ ਤੇ ਕੇਵਲ ਸਿੱਖਾਂ ਦੀ ਸਰਵ ਸੰਸਥਾ ਨਹੀਂ ਇਹ ਪੂਰੀ ਮਾਨਵਤਾ ਦੀ ਸੰਸਥਾ ਹੈ ਇਹ ਪੂਰੀ ਲੋਕਾਈ ਨੂੰ ਮਦਦ ਕਰਨ ਵਾਲੀ ਸੰਸਥਾ ਹੈ ਪਰ ਅਫਸੋਸ ਇੱਥੇ ਮੀਡੀਆ ਨੇ ਇੱਕ ਪੱਖ ਨਿਭਾਇਆ ਸੀ ਜੀ ਜੀ ਪਰੰਤੂ ਵਿਦੇਸ਼ਾਂ ਦੇ ਵਿੱਚੋਂ ਵੀ ਕਾਫੀ ਜਥੇਬੰਦੀਆਂ ਉੱਥੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ ਪਰੰਤੂ ਫਿਰ ਵੀ ਮੀਡੀਆ ਨੇ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਵਿਦੇਸ਼ਾਂ ਦੀਆਂ ਸਮਾਂ ਸਹਿਤੀਆਂ ਤੇ ਵੀ ਰੱਜ ਕੇ ਕਵਰੇਜ ਨਹੀਂ ਕੀਤੀ ਇੱਥੇ ਕਹਿਣਾ ਪਏਗਾ ਇਹ ਕਿ ਸਾਡੇ ਭਾਰਤੀ ਮੀਡੀਆ ਦੀ ਨਲੈਕੀ ਹੈ ਬਿਲਕੁਲ ਪਰ ਅਸੀਂ ਫਿਰ ਸਿੱਖ ਸੰਗਤਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰ ਸਕਦੇ ਹਾਂ ਆਪਣੇ ਮੁੱਦਿਆਂ ਦੇ ਉੱਪਰ ਜੇਕਰ ਸਿੱਖ ਸੰਗਤਾਂ ਦੀ ਜਾਗਰਤ ਦੀ ਗੱਲ ਹੈ ਅੱਜ ਪੰਜਾਬ ਦੀ ਧਰਤੀ ਤੇ ਇੱਕ ਨਹੀਂ ਅਨੇਕਾਂ ਚੈਨਲ ਖੁੱਲੇ ਪਏ ਨੇ ਜਿਹੜੀਆਂ ਕੁਝ ਸਰਕਾਰਾਂ ਵੀ ਚਲਾ ਰਹੀਆਂ ਨੇ ਕੁਝ ਪ੍ਰਾਈਵੇਟ ਤੌਰ ਤੇ ਕੁਝ ਪ੍ਰਬੰਧਕ ਕਮੇਟੀਆਂ ਵੀ ਚਲਾ ਰਹੀਆਂ ਨੇ ਸੋ ਸਿੱਖ ਸੰਗਤਾਂ ਨੂੰ ਚਾਹੀਦਾ ਕਿ ਜੇਕਰ ਅਸੀਂ ਕਿਤੇ ਕੋਈ ਇਹੋ ਜਿਹੀ ਘਟਨਾ ਹੁੰਦੀ ਦੇਖੀਏ ਤੇ ਕੋਸ਼ਿਸ਼ ਕਰੀਏ ਆਪ ਮਦਦ ਕਰੀਏ ਜਾ ਕੇ ਉਹਨਾਂ ਦੀ ਮਦਦ ਕਰਦੀਆਂ ਵੀ ਨੇ ਪਰੰਤੂ ਇੱਕ ਪੱਖ ਹੁੰਦਾ ਮੀਡੀਆ ਦਾ ਫਿਰ ਸਵਾਲ ਉੱਤੇ ਆ ਜਾਂਦਾ ਅਕਸਰ ਲੋਕੀ ਕਹਿੰਦੇ ਨੇ ਅਸੀਂ ਇੰਨਾ ਕੁਝ ਕਰਦੇ ਪਏ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਔਰ ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜਾ ਵੱਡਾ ਇੱਕ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਸੀਗਾ ਜਿਹੜਾ ਕਿ ਵਿਸ਼ਵ ਰਿਕਾਰਡ ਤੋੜ ਗਿਆ ਸੀ ਪਰੰਤੂ ਫਿਰ ਵੀ ਕਿਸੇ ਵੀ ਟੀਵੀ ਚੈਨਲ ਉਸ ਵਿਸ਼ਵ ਰਿਕਾਰਡ ਬਲੱਡ ਕੈਂਪ ਨੂੰ ਕਵਰ ਕਰਨ ਦੀ ਆਪਣੀ ਜਿਹੜੀ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾਈ ਪਰੰਤੂ ਸਿੱਖ ਸੰਗਤਾਂ ਨੂੰ ਚਾਹੀਦਾ ਹੈ
ਜੇਕਰ ਉਹਨਾਂ ਦੇ ਕੋਲ ਇਹੋ ਜਿਹੀ ਤਾਕਤ ਇਹੋ ਜਿਹੀ ਪਾਵਰ ਆ ਜਾਵੇ, ਜੇਕਰ ਕੋਈ ਸਿੱਖ ਪਰਸਨੈਲਿਟੀ ਇਹੋ ਜਿਹੇ ਉੱਚੇ ਰੁਤਬੇ ਤੇ ਬੈਠੀ ਹੈ, ਉਹ ਆਪਣਾ ਫਰਜ਼ ਸਮਝਦੇ ਹੋਏ ਆਪਣੇ ਸਿੱਖ ਪੰਥ ਵਿੱਚ ਚੱਲ ਰਹੀਆਂ ਇਹਨਾਂ ਗਤੀਵਿਧੀਆਂ ਨੂੰ ਹਾਈਲਾਈਟ ਕਰੇ, ਤਾਂ ਜੋ ਕਿ ਪੂਰੇ ਵਿਸ਼ਵ ਦੇ ਸਾਹਮਣੇ ਬਿਨਾਂ ਮੀਡੀਆ ਤੋਂ ਜਾਂ ਕੋਈ ਵੀ ਸਾਧਨ ਬਣਾ ਕੇ, ਜਿਵੇਂ ਕਿ ਭਾਰਤੀ ਮੀਡੀਆ ਤੋਂ ਅਸੀਂ ਆਸ ਰੱਖੀਏ ਜੋ ਸਾਡੀ ਕਵਰੇਜ ਕਰੇਗਾ, ਜਿੱਥੋਂ ਤੱਕ ਅਸੀਂ ਬੈਠੇ ਹਾਂ ਆਪਣੀ ਆਵਾਜ਼ ਬੁਲੰਦ ਕਰਦੇ ਹੋਏ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ, ਆਪਣੇ ਆਲੇ ਦੁਆਲੇ ਚੱਲ ਰਹੀਆਂ ਗਤੀਵਿਧੀਆਂ, ਆਪਣੇ ਦੁਆਰਾ ਕੀਤੇ ਗਏ ਕਾਰਜਾਂ ਨੂੰ ਅਸੀਂ ਪੂਰੇ ਵਿਸ਼ਵ ਦੇ ਸਾਹਮਣੇ ਲੈ ਕੇ ਜਾਈਏ। ਜੀ ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਇਹ ਤਾਂ ਅਸੀਂ ਗੱਲ ਕੀਤੀ ਸਾਰੇ ਮੀਡੀਆ ਦੇ ਹਵਾਲੇ ਨਾਲ, ਬੀਇੰਗ ਅ ਸਿੱਖ, ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਨੂੰ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਬੱਚੇ ਨੇ, ਛੋਟੇ ਛੋਟੇ ਨਵੀਂ ਜਨਰੇਸ਼ਨ ਆ, ਕਿਸ ਤਰ੍ਹਾਂ ਉਹ ਇੱਕ ਜੈਨੋਸਾਈਡ, ਇੱਕ ਹੋਰ ਨਸਲਕੁਸ਼ੀ ਦਾ ਸ਼ਿਕਾਰ ਹੋ ਰਹੀ ਹੈ ਇਸ ਵੇਲੇ ਪੰਜਾਬ ਵਿੱਚ, ਦਾ ਬਿਗੈਸਟ ਪ੍ਰੋਬਲਮ ਇਸ ਵੇਲੇ ਫੇਸ ਕਰ ਰਹੇ ਨੇ ਅਸੀਂ, ਨਸ਼ਿਆਂ ਦੀ ਪ੍ਰੋਬਲਮ ਹੈ, ਕਿਸ ਤਰ੍ਹਾਂ ਸਾਡੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਜਾ ਰਹੇ ਨੇ, ਕਿਉਂਕਿ ਬਾਹਰ ਦੇ ਲੋਕ ਜਿਹੜੇ ਬਾਹਰ ਦੇ ਅਸੀਂ ਵੀਰ ਭੈਣ ਬਾਹਰ ਬੈਠੇ ਸਾਡੇ ਲਈ ਬਹੁਤ, ਅਸੀਂ ਇਸ ਚੀਜ਼ ਲਈ ਜਾਗਰੂਕ ਹੋ, ਬੀਇੰਗ ਅ ਮੀਡੀਆ ਪਰਸਨੈਲਿਟੀ ਇਨ ਪੰਜਾਬ ਰਾਈਟ ਨਾ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਇਸ ਚੀਜ਼ ਲਈ ਜਾਗਰੂਕ ਹੋ, ਕੀ ਕਰ ਰਹੇ ਨੇ ਇਸ ਬਾਰੇ ਜਿਹੜਾ ਇੰਨਾ ਨਸ਼ਾ ਫੈਲਿਆ ਹੋਇਆ ਪੰਜਾਬ ਦੇ ਵਿੱਚ? ਬਿਲਕੁਲ ਜੀ, ਤੁਸੀਂ ਅੱਜ ਨਸ਼ਿਆਂ ਦੀ ਗੱਲ ਕੀਤੀ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦੀ ਮਾਰ ਬਹੁਤ ਜ਼ਿਆਦਾ ਪੈ ਚੁੱਕੀ ਹੈ। ਅੱਜ ਕਿਹਾ ਜਾ ਰਿਹਾ ਕਿ ਸਰਕਾਰਾਂ ਕਸੂਰਵਾਰ ਨੇ, ਸਰਕਾਰਾਂ ਨੇ ਨਸ਼ੇ ਪਹੁੰਚਾਏ ਨੇ ਘਰਾਂ ਘਰਾਂ ਦੇ ਵਿੱਚ, ਪਰੰਤੂ ਇੱਥੇ ਮੈਂ ਸਰਕਾਰਾਂ ਤੇ ਅਟੈਕ ਕਰਨ ਤੋਂ ਪਹਿਲਾਂ ਮੈਂ ਉੱਥੋਂ ਦੇ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਾਂਗਾ, ਉਹ ਵੀ ਸਮਾਂ ਸੀਗਾ ਜਦੋਂ ਲੋਕੀ ਸਾਡੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆ ਕੇ, ਲੋਕੀ ਸਾਡੇ ਕਲਚਰ ਮੇਲਿਆਂ ਵਿੱਚ ਆ ਕੇ ਕਿਆ ਕਰਦੇ ਸਨ, ਘਰ ਦੀ ਸ਼ਰਾਬ ਹੋਵੇ ਇਹੋ ਜਿਹੇ ਗੀਤ ਗਿਆ ਕਰਦੇ ਸਨ, ਉਦੋਂ ਲੋਕਾਂ ਨੇ ਆਵਾਜ਼ ਕਿਉਂ ਨੀ ਉਠਾਈ, ਜਦੋਂ ਘਰ ਦੀ ਸ਼ਰਾਬ ਸਾਡੇ ਗਾਣਿਆਂ ਦੇ ਵਿੱਚ ਵੜ ਗਈ ਸੀਗੀ, ਉਦੋਂ ਸਾਡੇ ਲੋਕੀ ਕਿਉਂ ਚੁੱਪ ਸਨ, ਉਦੋਂ ਗਾਣਿਆਂ ਚ ਘਰ ਦੀ ਸ਼ਰਾਬ ਬੜੀ ਸੀ, ਅੱਜ ਸਾਡੇ ਘਰਾਂ ਦੇ ਵਿੱਚ ਸ਼ਰਾਬ ਨਹੀਂ, ਅੱਜ ਸਾਡੇ ਘਰਾਂ ਵਿੱਚ ਨਸ਼ਾ ਵੱਧ ਚੁੱਕਾ, ਇਹਦੇ ਵਿੱਚ ਕਸੂਰਵਾਰ ਅਸੀਂ ਖੁਦ ਆ। ਅਸੀਂ ਅਕਸਰ ਕਹਿੰਦੇ ਹਾਂ ਕਿ ਨੌਜਵਾਨ ਕੌਮ ਦਾ, ਦੇਸ਼ ਦਾ ਸਰਮਾਇਆ ਹੁੰਦੇ ਨੇ, ਅਸੀਂ ਆਮ ਜਾਣਦੇ ਹਾਂ ਜਿਸ ਰੁੱਖ ਦੀ ਠੰਡੀ ਛਾਂ ਲੈਣੀ ਹੋਵੇ ਪਹਿਲੇ ਉਸ ਰੁੱਖ ਦੀ ਗੋਡੀ ਕਰਨੀ ਪੈਂਦੀ ਹੈ, ਚੰਗੀ ਤਰ੍ਹਾਂ ਸਿੰਚਾਈ ਕਰਨੀ ਪੈਂਦੀ ਹੈ, ਜਦੋਂ ਰੁੱਖ ਵੱਡੇ ਆਕਾਰ ਦਾ ਬਣ ਜਾਂਦਾ ਹੈ ਠੰਡੀ ਛਾਂ ਮਿਲਦੀ ਹੈ, ਜਦੋਂ ਬੱਚਿਆਂ ਦੀ ਦੇਖਭਾਲ ਕਰਨ ਦਾ ਸਮਾਂ ਸੀਗਾ, ਬੱਚਿਆਂ ਦੇ ਜੀਵਨ ਦੀ ਗੋਡੀ ਕਰਨ ਦਾ ਸਮਾਂ ਸੀਗਾ, ਉਦੋਂ ਮਾਂ ਬਾਪ ਕਿੱਥੇ ਸਨ, ਉਦੋਂ ਸਿੱਖਿਆ ਕਿੱਥੇ ਸਨ, ਉਦੋਂ ਸਾਡੇ ਧਾਰਮਿਕ ਆਗੂ ਕਿੱਥੇ ਸਨ, ਅੱਜ ਜਦੋਂ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਚੁੱਕਾ ਹੈ, ਅਸੀਂ ਕਿਸੇ ਦੂਸਰੇ ਵੱਲ ਉਂਗਲ ਕਿਉਂ ਕਰਦੇ ਹਾਂ, ਅੰਗੂਠਾ ਪਹਿਲੇ ਆਪਣੇ ਵੱਲ ਵੇਖੀਏ, ਇਹਦੇ ਵਿੱਚ ਕਸੂਰਵਾਰ ਕੌਣ ਹੈ, ਘਰ ਦੀ ਦਹਿਲੀਜ਼ ਤੋਂ ਵਿੱਚੋਂ ਇਹ ਸਾਡੀ ਸਾਰੀ ਜ਼ਿੰਮੇਵਾਰੀ ਬਣਦੀ ਸੀਗੀ, ਅਸੀਂ ਬੱਚਿਆਂ ਨੂੰ ਕਿਹੋ ਜਿਹਾ ਜੀਵਨ ਦੇ ਸਕੀਏ, ਅੱਜ ਨਸ਼ਿਆਂ ਦੇ ਵਿੱਚ ਨੌਜਵਾਨ ਗ੍ਰਸਤ ਹੈ, ਤੇ ਅਸੀਂ ਦੂਜੇ ਉੱਪਰ ਉਂਗਲ ਕਰਦੇ ਹਾਂ, ਭਾਵੇਂ ਉਹ ਸਰਕਾਰਾਂ ਨੇ, ਭਾਵੇਂ ਪ੍ਰਬੰਧਕ ਕਮੇਟੀਆਂ ਨੇ, ਭਾਵੇਂ ਕੋਈ ਵੀ ਨੁਮਾਇੰਦੇ ਨੇ, ਕਸੂਰਵਾਰ ਅਸੀਂ ਖੁਦ ਆ। ਅਸੀਂ ਆਪਣੇ ਬੱਚੇ ਦਾ ਸਾਥ ਰੱਖਣਾ ਸੀਗਾ, ਜੇਕਰ ਕਿੰਨਾ ਚੰਗਾ ਹੁੰਦਾ ਇਹ ਸਾਡੇ ਗਾਣਿਆਂ ਦੇ ਵਿੱਚ ਹੁੰਦਾ, ਸਾਡੇ ਆਲੇ ਦੁਆਲੇ ਸਾਡੇ ਕੰਨਾਂ ਵਿੱਚ, ਨੌਜਵਾਨਾਂ ਵਿੱਚ ਪਾਇਆ ਹੁੰਦਾ, ਗੁਰੂ ਦਾ ਖਿਆਲ ਹੋਵੇ, ਹੱਥ ਵਿੱਚ ਗੁਟਕਾ ਹੋਵੇ, ਗੁਰਬਾਣੀ ਦਾ ਹੀ ਪ੍ਰਚਾਰ ਹੋਵੇ, ਫਿਰ ਇੱਥੇ ਗੱਲ ਬਣਦੀ ਸੀ ਨਾ, ਕਸੂਰਵਾਰ ਅਸੀਂ ਖੁਦ ਆ। ਹਾਂ, ਜੇਕਰ ਅੱਜ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਚੁੱਕਾ, ਤੇ ਕੋਸ਼ਿਸ਼ ਕਰੀਏ ਬੇਦਾਵਾ ਦੇ ਕੇ, ਸਾਡਾ ਨੌਜਵਾਨ ਗਿਆ, ਅਸੀਂ ਗਲਵੱਕੜੀ ਲਈਏ ਨੌਜਵਾਨ ਨੂੰ, ਉਹਨੂੰ ਇਹੋ ਜਿਹਾ ਢੰਗ ਸਮਝਾਈਏ, ਇਹੋ ਜਿਹਾ ਤਰੀਕਾ ਅਸੀਂ ਉਸ ਨਾਲ ਪਿਆਰ ਕਰੀਏ ਕਿ ਉਹ ਬੱਚਾ ਨਸ਼ੇ ਤੱਕ ਹੀ, ਆਉਣ ਵਾਲੇ ਉਹਦੇ ਸੰਪਰਕ ਵਿੱਚ ਨੌਜਵਾਨਾਂ ਨੂੰ ਵੀ ਉਹ ਗੁਰਬਾਣੀ ਦੀ ਗੁੜਤੀ ਦੇ ਨਾਲ, ਸਿੱਖ ਇਤਿਹਾਸ ਦੇ ਫਲਸਫੇ ਨਾਲ ਨਸ਼ਿਆਂ ਤੋਂ ਪ੍ਰੇਰਿਤ ਨਾ ਕਰ ਸਕੇ, ਨਸ਼ਿਆਂ ਤੋਂ ਮੋੜ ਸਕੇ। ਜੀ ਜੀ ਬਿਲਕੁਲ, ਅਮੀ ਵੀਰ ਜੀ ਤੁਸੀਂ ਗੱਲ ਕੀਤੀ ਕਿ ਗੀਤ ਕਰਨ ਦੀ ਗੱਲ ਕੀਤੀ, ਕਿਉਂਕਿ ਇਹ ਲੱਛਰਪੁਣੇ ਨੇ ਜਿਹੜੇ ਇਸ ਤਰ੍ਹਾਂ ਦੇ ਗੀਤ ਗਾਉਂਦੇ ਨੇ, ਉਸ ਤੋਂ ਸਾਡੇ ਜਿਹੜੀ ਕੌਮ ਹੈ ਸਿੱਖਦੀ ਹੈ, ਜਾਂ ਇੱਕ ਤਰ੍ਹਾਂ ਫੈਸ਼ਨ ਦੀ ਤਰ੍ਹਾਂ ਅਪਣਾ ਲੈਂਦੀ ਹੈ, ਫਿਰ ਉਹ ਕਰਕੇ ਦੇਖਦੇ ਨੇ। ਆਈ ਥਿੰਕ ਦੈਟਸ ਦੀ ਬਿਗੈਸਟ ਪ੍ਰੋਬਲਮ ਪੰਜਾਬ ਦੇ ਵਿੱਚ, ਬੱਚਿਆਂ ਨੂੰ ਪ੍ਰੋਬਲਮ ਹੁੰਦੀ ਪਈ ਹੈ, ਪਰ ਡੋਂਟ ਯੂ ਥਿੰਕ ਕਿ ਇਹ ਵੀ ਇੱਕ ਪ੍ਰੋਬਲਮ, ਪਰ ਇਸ ਦੇ ਨਾਲ ਨਾਲ ਜਿਹੜੀ ਸਾਡੀ ਕੌਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤੁਹਾਨੂੰ ਲੱਗਦਾ ਕਿ ਉਹ ਵੀ ਧਰਮ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ? ਅਗਰ ਉਹ ਆਪਣੇ ਸਿੱਖੀ ਪ੍ਰਚਾਰ ਚੰਗੀ ਤਰ੍ਹਾਂ ਕਰਦੀ ਜਾਂ ਧਰਮ ਪ੍ਰਚਾਰ ਚੰਗੀ ਤਰ੍ਹਾਂ ਕਰਦੀ, ਸ਼ਾਇਦ ਇਹ ਬੱਚੇ ਚੰਗੇ ਰਾਹ ਚੱਲ ਜਾਂਦੇ, ਡੋਂਟ ਯੂ ਥਿੰਕ? ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਗੱਲ ਕੀਤੀ ਹੈ, ਉਹ ਪ੍ਰਬੰਧਕ ਕਮੇਟੀ ਜਿਹਨੇ ਸਾਰੇ ਵਿਸ਼ਵ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਸਾਹਮਣਾ ਸੀ, ਭਾਰਤ ਦੇ ਗੁਰਦੁਆਰਿਆਂ ਨੂੰ ਸਾਹਮਣਾ ਸੀ, ਉਹ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ, ਸਾਡੀਆਂ ਸਿੱਖ ਸੰਗਤਾਂ ਵੇਖ ਰਹੀਆਂ ਨੇ, 90% ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਤੋਂ ਨਾ ਖੁਸ਼ ਹੈ, ਕਿਉਂਕਿ ਅੱਜ ਸੰਗਤਾਂ ਕਹਿ ਰਹੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਾਰਜ ਸੀਗਾ, ਇਸ ਨੇ ਇਹ ਕਾਰਜ ਕਿਉਂ ਨੀ ਕੀਤਾ? ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਕਿਸ ਵਾਸਤੇ ਸੀਗੀ, ਉਹਨੇ ਕਿਹੜੇ ਕਿਹੜੇ ਕਾਰਜ ਕਰਨੇ ਸਨ, ਉਹ ਕਾਰਜ ਕਰ ਰਹੀ ਹੈ, ਸਾਨੂੰ ਇਹਦੇ ਜੜ ਤੇ ਜਾਣਾ ਪਵੇਗਾ, ਜਦੋਂ ਜੜ ਜਾਵਾਂਗੇ ਫਿਰ ਪਤਾ ਲੱਗੇਗਾ ਫੈਕਟ ਐਂਡ ਫਿਗਰ ਸਾਡੇ ਸਾਹਮਣੇ ਕੀ ਨੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਅਸੀਂ ਉਂਗਲ ਕਰਕੇ ਅਸੀਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਦੇ। ਮੈਂ ਫਿਰ ਉਹ ਗੱਲ ਦੁਹਰਾ ਦੇਵਾਂ, ਉਹ ਕਮੇਟੀ ਕਰ ਕੀ ਰਹੀ ਹੈ ਤੇ ਕੀ ਕਰ ਰਹੀ ਹੈ ਜਾਂ ਕੀ ਕਰਨਾ ਚਾਹੀਦਾ ਸੀਗਾ,
ਜਦੋਂ ਅਸੀਂ ਕਹਿੰਦੇ ਹਾਂ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਨੇ, ਅਸੀਂ ਮੱਥਾ ਟੇਕਦੇ ਹਾਂ, ਗੁਰਦੁਆਰੇ ਸਾਡੇ ਨੇ, ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ, ਕੇਵਲ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ। ਅਸੀਂ ਵੀ ਗੁਰਦੁਆਰੇ ਜਾਂਦੇ ਹਾਂ, ਅਸੀਂ ਵੀ ਗੋਲਕ ਵਿੱਚ ਪੈਸਾ ਪਾਉਂਦੇ ਹਾਂ, ਅਸੀਂ ਵੀ ਉੱਥੋਂ ਕੋਈ ਸੰਦੇਸ਼ ਸੁਣਦੇ ਹਾਂ, ਕਿ ਉਹ ਸੰਦੇਸ਼ ਸੁਣ ਕੇ ਕੇਵਲ ਆਪਣੇ ਤੱਕ ਸੀਮਤ ਆ, ਜਾਂ ਫਿਰ ਪੂਰੀ ਮਾਨਵਤਾ ਤੱਕ ਚਲਾਉਣ ਦੀ ਗੱਲ ਕਰਦੇ ਹਾਂ ਜੀ। ਇੱਥੇ ਸਾਨੂੰ ਆਪਣਾ ਰੋਲ ਵੀ ਅਦਾ ਕਰਨਾ ਪਵੇਗਾ। ਜਦੋਂ ਆਪਣੇ ਆਪ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਹੋਵਾਂਗੇ, ਫਿਰ ਸਾਨੂੰ ਸਾਰੇ ਹੀ ਪੂਰੇ ਦਿਖਣਗੇ। ਉਹ ਕਮੇਟੀ ਕਰ ਰਹੀ ਹੈ, ਬਹੁਤ ਵਡਮੁੱਲਾ ਕਾਰਜ ਕਰ ਰਹੀ ਹੈ। ਆਉਣ ਵਾਲੇ ਸਮੇਂ ਚ ਕੁੱਝ ਰੀਤਾਂ ਹੋ ਸਕਦੀਆਂ ਨੇ, ਕਿਤੇ ਨਾ ਕਿਤੇ ਕਮੀ ਮਹਿਸੂਸ ਹੋਵੇ, ਕਿਉਂਕਿ ਕਮੀ ਹਰ ਚੀਜ਼ ਚ ਹੁੰਦੀ ਹੈ। ਬੰਦਾ ਪੂਰਾ ਨਹੀਂ ਹੋ ਸਕਦਾ, ਸਭਾ ਸੁਸਾਇਟੀ ਪੂਰੀ ਨਹੀਂ ਹੋ ਸਕਦੀ, ਕਮੀਆਂ ਹਰ ਵਿੱਚ ਹੁੰਦੀਆਂ ਨੇ, ਪਰੰਤੂ ਕੋਸ਼ਿਸ਼ ਕਰੇ ਨਾ ਕਮੀਆਂ ਨੂੰ ਦੂਰ ਕਰਨ ਦੀ। ਜੇਕਰ ਕਮੀਆਂ ਦੂਰ ਹੋ ਜਾਣ, ਫਿਰ ਪ੍ਰਬੰਧਕ ਕਮੇਟੀ ਵੀ ਸੋਹਣਾ ਕਾਰਜ ਕਰ ਰਹੀ ਹੈ, ਮੈਂ ਵੀ ਸੋਹਣਾ ਕਾਰਜ ਕਰ ਰਿਹਾ, TV84 ਵੀ ਬਹੁਤ ਵਧੀਆ ਕਾਰਜ ਕਰ ਰਿਹਾ ਵਿਦੇਸ਼ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਦੇ ਲਈ। ਜੀ ਬਿਲਕੁਲ ਅਮੀਨ ਵੀਰ ਜੀ, ਹੋਰ ਵੀ ਬਹੁਤ ਸਾਰੇ ਪ੍ਰੋਬਲਮਸ ਇਸ ਵੇਲੇ ਸਿੱਖ ਕੌਮ ਜਾਂ ਪੰਜਾਬ ਦੇ ਸਾਰੇ ਵੀਰ ਭੈਣ ਫੇਸਿਸ ਕਰ ਰਹੇ, ਪਰ ਟਾਈਮ ਦੀ ਬਹੁਤ ਲਿਮਿਟੇਸ਼ਨ ਕਰਕੇ ਅਸੀਂ ਉਹਨਾਂ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ, ਪਰ ਅਸੀਂ ਚਾਹਾਂਗੇ ਨੈਕਸਟ ਟਾਈਮ ਵੀ ਜਿਹੜੇ ਸਾਰੇ ਸਵਾਲ ਬਚ ਗਏ ਨੇ ਉਹਨਾਂ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰੀਏ। ਇਸ ਦੇ ਨਾਲ ਅਸੀਂ TV84 ਦੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸੂਨ ਤੁਸੀਂ ਸਾਡੇ TV84 ਦਾ ਹਿੱਸਾ ਬਣ ਰਹੇ ਹੋ, ਤੁਹਾਡੇ ਪ੍ਰੋਗਰਾਮ ਸਾਡੇ TV84 ਤੇ ਵੀ ਸਾਰੇ ਦਰਸ਼ਕ ਵੇਖ ਰਹੇ ਨੇ। ਸੋ ਥੈਂਕ ਯੂ ਸੋ ਮਚ ਫੋਰ ਦੈਟ। ਐਂਡ ਵੀ ਜੀ, ਥੈਂਕ ਯੂ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਕੋਲ ਥੋੜੇ ਜਿਹੇ ਸੈਕਿੰਡ ਰਹਿ ਗਏ ਨੇ ਐਟ ਦੀ ਐਂਡ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ TV84 ਦਰਸ਼ਕਾਂ ਦੇ ਰੂਬਰੂ ਹੋਏ, ਤਾਂ ਅਸੀਂ ਚਾਹਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਨੇਹਾ ਵੀ ਜ਼ਰੂਰ ਦਿਓ। ਜੀ, ਸਭ ਤੋਂ ਪਹਿਲੇ ਤੇ TV84 ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਰੀਤ ਜੀ ਤੁਹਾਡਾ। ਤੁਸੀਂ ਅੱਜ TV84 ਦੇ ਸੰਗਤਾਂ ਦੇ ਰੂਬਰੂ ਆਉਣ ਦਾ ਮੌਕਾ ਦਿੱਤਾ। ਬਸ ਮੈਂ ਤਾਂ ਇੱਕੋ ਗੱਲ ਕਹਿਣਾ ਚਾਹਾਂਗਾ, ਜਿੱਥੇ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ TV84 ਵੇਖਿਆ ਜਾ ਰਿਹਾ, ਆਓ ਅਸੀਂ ਹਮਲਾ ਮਾਰੀਏ ਇਕੱਠੇ ਹੋ ਕੇ। ਪੰਥ, ਦੇਸ਼ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਇੱਕ ਇਹੋ ਜਿਹਾ ਪਲੇਟਫਾਰਮ ਤੁਹਾਨੂੰ ਮਿਲ ਚੁੱਕਾ TV84, ਉਹ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਦੇ ਬੁਲਾਏ। ਗੁਰਬਾਣੀ ਦੇ ਮਹਾਂ ਵਾਕ ਅਨੁਸਾਰ ਜੇਕਰ ਕਿਤੇ ਕੋਈ ਕਮੀ ਲੱਗ ਰਹੀ ਹੈ, ਅਸੀਂ ਇਕੱਲੇ ਬੈਠ ਕੇ ਨਹੀਂ, ਅਸੀਂ ਇਕੱਠੇ ਹੋ ਕੇ ਇਹੋ ਜਿਹਾ ਕੋਈ ਕਾਰਜ ਕਰੀਏ, ਤਾਂ ਜੋ ਵਿਦੇਸ਼ਾਂ ਦੇ ਵਿੱਚ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ, ਗੁਰੂ ਨਾਨਕ ਸਾਹਿਬ ਦੀ ਫੁਲਵਾਰੀ ਨੂੰ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਫੈਲਾ ਸਕੀਏ। TV84 ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਰੀਆਂ ਸਮੂਹ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ ਤੇ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋ ਵਿਜ਼ਾਤ ਲੈਂਦੇ ਹਾਂ, ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।